ਜੈ ਹਿੰਦ ਦੋਸਤੋ, ਮੈਂ ਪ੍ਰੀਤਮ ਸਿੰਘ, ਪ੍ਰੀਤਮ ਹਿਟਾਰ ਇੰਸਟ੍ਰਕਟਰ। ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਜਿਵੇਂ ਪੰਜਾਬ ਪੁਲਿਸ ਦਾ ਤੁਹਾਨੂੰ ਪਤਾ ਮੈਡੀਕਲ ਕਿਵੇਂ ਹੁੰਦਾ ਹੈ, ਉਹਦੇ ਵਿੱਚ ਗਰਲਸ ਦਾ ਸਪੈਸ਼ਲੀ ਪੰਜਾਬ ਪੁਲਿਸ ਦੇ ਵਿੱਚ ਮੈਡੀਕਲ ਕਿਵੇਂ ਹੋਏਗਾ, ਕਿਹੜੇ ਕਿਹੜੇ ਪੁਆਇੰਟਸ ਆ ਜਿਹਨਾਂ ਤੋਂ ਤੁਸੀਂ ਨੇ ਬਚਣਾ ਹੈ, ਸਾਰਾ ਕੁਝ ਕਵਰ ਅਪ ਕਰਾਂਗੇ। ਗਰਲਸ ਦੇ ਪ੍ਰਾਈਵੇਟ ਪਾਰਟ ਦੇ ਬਾਰੇ ਕਿਵੇਂ ਚੈਕਿੰਗ ਹੁੰਦੀ ਹੈ ਸਭ ਕੁਝ, ਅਤੇ ਡਾਕਟਰ ਤੁਹਾਨੂੰ ਸਾਡੇ ਨਾਲ ਨੇ, ਅਤੇ ਸੇਮ ਅਸੀਂ ਦੱਸਾਂਗੇ ਕੀ ਆ ਫਸਟ ਆਫ ਆਲ ਆਈਸ ਤੋਂ ਲੈ ਕੇ ਨੀਚੇ ਫਲੈਟ ਫੁੱਟ ਤੱਕ ਹਰ ਇੱਕ ਚੀਜ਼ ਦਾ ਤੁਹਾਨੂੰ ਦੱਸਾਂਗੇ ਕੀ ਟੈਸਟ ਹੁੰਦੇ ਨੇ। ਰੈਡੀ, ਫਸਟ ਆਫ ਆਲ ਸਟਾਰਟ ਕਰ ਦਿੰਦਾ। ਤਾਂ ਕੱਲ੍ਹ ਵੀ ਜਿਵੇਂ ਅਸੀਂ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ, ਜਦੋਂ ਵੀ ਮੈਡੀਕਲ ਦੇ ਜਾਣਾ ਬਿਲਕੁਲ ਫਰੀ ਹੋ ਕੇ ਜਾਣਾ, ਮਤਲਬ ਧਿਆਨ ਰੱਖਣਾ ਆਪਣਾ ਕਲੀਨਲੀਨੈਸ ਦਾ, ਸਪੈਸ਼ਲੀ ਫੋਰ ਦਾ ਗਰਲਸ। ਤੁਸੀਂ ਆਪਣੀ ਜੋ ਵੀ ਤੁਹਾਡੇ ਪਾਰਟਸ ਪ੍ਰਾਈਵੇਟ ਪਾਰਟਸ ਨੇ ਜਾਂ ਜਿਵੇਂ ਤੁਹਾਡੀ ਕੋਈ ਵੀ ਅਨਵਾਂਟਿਡ ਹੇਅਰਸ ਨੇ ਉਹਨੂੰ ਰਿਮੂਵ ਕਰਾ ਕੇ ਜਾਣਾ, ਹਾਈਜੀਨ ਦਾ ਪੂਰਾ ਧਿਆਨ ਰੱਖਣਾ ਉੱਥੇ। ਔਰ ਈਵਨ ਜਦੋਂ ਵੀ ਤੁਸੀਂ ਜਾਂਦੇ ਹੋ ਮਤਲਬ ਉੱਥੇ ਮੈਡੀਕਲ ਦੇਣ ਵਾਸਤੇ, ਤਾਂ ਬਿਲਕੁਲ ਉੱਥੇ ਨੋਰਮਲੀ ਬਿਹੇਵ ਕਰਨਾ, ਕਿਉਂਕਿ ਉੱਥੇ ਸਿਰਫ ਫੀਮੇਲ ਸਟਾਫ ਹੁੰਦਾ, ਮੇਲ ਸਟਾਫ ਕੋਈ ਵੀ ਅਲਾਊਡ ਨਹੀਂ ਹੁੰਦਾ, ਕੋਈ ਵੀ ਅੰਦਰ ਮੇਲ ਅਟੈਂਡੈਂਟ ਨਹੀਂ ਹੁੰਦੇ, ਸਾਰੇ ਫੀਮੇਲ ਸਟਾਫ ਹੋਊਗਾ। ਤਾਂ ਬਿਲਕੁਲ ਕੂਲ ਡਾਊਨ ਹੋ ਕੇ ਆਪਣਾ ਮੈਡੀਕਲ ਦੇਣਾ। ਕਈ ਵਾਰ ਕੀ ਆ, ਹੜਬੜਾਹਟ ਦੇ ਵਿੱਚ ਤੁਸੀਂ ਆਪਣਾ ਕੀ ਆ ਮੈਡੀਕਲ ਟੈਸਟ ਪ੍ਰੋਪਰਲੀ ਕਲੀਅਰ ਨਹੀਂ ਕਰਦੇ, ਘਬਰਾ ਜਾਂਦੇ ਹੋ, ਤਾਂ ਉਹ ਕੀ ਹੈ ਸਾਰੀ ਚੀਜ਼ ਖਰਾਬ ਹੋ ਜਾਂਦੀ ਹੈ। ਉਸ ਤੋਂ ਬਾਅਦ ਹੁਣ ਜਿਹੜਾ ਫਸਟ ਥਿੰਗ ਹੈ, ਉੱਥੇ ਤੁਹਾਡਾ ਜਿਹੜਾ ਗਰਲਸ ਦਾ ਬਲੱਡ ਟੈਸਟ ਦਿੱਤਾ ਜਾਊਗਾ, ਯੂਰਿਨ ਟੈਸਟ ਦਿੱਤਾ ਜਾਊਗਾ, ਬਲੱਡ ਸੈਂਪਲ ਲੈਣਗੇ, ਯੂਰਿਨ ਸੈਂਪਲ ਲੈਣਗੇ। ਬਲੱਡ ਸੈਂਪਲ ਦੇ ਵਿੱਚ ਕੀ ਹੈ, ਤੁਹਾਡਾ ਅਗਰ ਕੋਲੈਸਟ੍ਰੋਲ ਲੈਵਲ ਹੈ, ਯੂਰਿਕ ਐਸਿਡ ਲੈਵਲ ਹੈ, ਤੁਹਾਡੇ LFT ਟੈਸਟ, ਇਹ ਸਾਰੇ ਚੈੱਕ ਕੀਤੇ ਜਾਂਦੇ ਨੇ ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਦੈਨ ਉਸ ਤੋਂ ਬਾਅਦ ਆਉਂਦਾ ਯੂਰਿਨ ਟੈਸਟ। ਯੂਰਿਨ ਟੈਸਟ ਕੀਤਾ ਜਾਂਦਾ ਕਿ ਤੁਹਾਨੂੰ ਕੋਈ ਯੂਰਿਨ ਇਨਫੈਕਸ਼ਨ ਜਾਂ ਕੋਈ ਵੀ ਹੋਰ ਤਰ੍ਹਾਂ ਦੀ ਇਨਫੈਕਸ਼ਨ ਤਾਂ ਨਹੀਂ ਤੁਹਾਡੀ ਬੋਡੀ ਦੇ ਅੰਦਰ, ਉਹ ਸਾਰਾ ਇਹ ਦੋ ਟੈਸਟ ਦੇ ਥਰੂ, ਬਲੱਡ ਟੈਸਟ ਅਤੇ ਯੂਰਿਨ ਟੈਸਟ ਦੇ ਥਰੂ ਕੀਤਾ ਜਾਂਦਾ। ਫਿਰ ਉਸ ਤੋਂ ਬਾਅਦ ਉਹ ਫਿਜ਼ੀਕਲੀ ਤੁਹਾਡਾ ਟੈਸਟ ਮੈਡੀਕਲ ਦਾ ਸ਼ੁਰੂ ਕਰਦੇ ਨੇ, ਉਹ ਕਿਵੇਂ ਆਈਸ ਤੋਂ ਲੈ ਕੇ ਆਪਾਂ ਹਾਈਟ ਅਤੇ ਵੇਟ ਆ ਜਿਹੜਾ ਚੈੱਕ ਕਰ ਲਿਆ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਥੋੜ੍ਹਾ ਸਟਾਰਟ ਕਰਦੇ ਨੇ ਆਈਸ ਤੋਂ ਟੈਸਟ। ਗਰਲਸ ਦੇ ਵਿੱਚ ਚੈਸਟ ਮੈਜ਼ਰਮੈਂਟ ਨਹੀਂ ਹੁੰਦੀ, ਉਹਦੇ ਵਿੱਚ ਉਹ ਐਕਸਰੇ ਇੱਕ ਮੇਨ ਹੁੰਦਾ, ਐਕਸਰੇ ਕਰਾ ਲੈਂਦੇ ਨੇ ਕਿ ਕੋਈ ਮਤਲਬ, ਕਈ ਵਾਰ ਕੀ ਹੁੰਦਾ ਗਰਲਸ ਦੇ ਬ੍ਰੈਸਟ ਵਾਲੀ ਸਾਈਡਸ ਦੇ ਮਤਲਬ ਛੋਟੀ ਛੋਟੀਆਂ ਮਤਲਬ ਵਿੱਚ ਬਾਲਸ ਬਣ ਜਾਂਦੀਆਂ, ਛੋਟੀ ਛੋਟੀ ਗੱਠਾਂ ਜਿਹੀਆਂ ਬਣ ਜਾਂਦੀਆਂ ਆਪਣੇ ਬ੍ਰੈਸਟ ਦੇ ਅੰਦਰ, ਤਾਂ ਉਹ ਚੀਜ਼ ਨੂੰ ਉਹ ਚੈੱਕ ਕਰਦੇ ਨੇ। ਉਹਦੇ ਵਿੱਚ ਇਹ ਧਿਆਨ ਰੱਖਣਾ ਤੁਸੀਂ ਕਿ ਕਦੀ ਵੀ ਇਹ ਚੀਜ਼ਾਂ, ਕਿਉਂਕਿ ਜਿਹੜੇ ਰਨਿੰਗ ਕਰਦੀਆਂ ਗਰਲਸ ਉਹਨਾਂ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲਦੀ ਹੈ, ਤਾਂ ਇਹ ਚੀਜ਼ ਦਾ ਧਿਆਨ ਰੱਖਣਾ। ਹੁਣ ਇਸ ਤੋਂ ਬਾਅਦ ਆਪਣਾ ਜਿਹੜਾ ਨੈਕਸਟ ਪੁਆਇੰਟ ਆਉਂਦਾ, ਉਹ ਆਉਂਦਾ ਪ੍ਰਾਈਵੇਟ ਪਾਰਟਸ ਦੇ। ਪ੍ਰਾਈਵੇਟ ਪਾਰਟਸ ਦੇ ਵਿੱਚ ਉਹ ਕੀ ਲਾਈਕ ਆਪਣਾ ਕੀ ਚੈੱਕ ਕਰਦੇ ਨੇ, ਪਹਿਲੀ ਗੱਲ ਜੋ ਤੁਹਾਡਾ ਚੈੱਕ ਹੋਊਗਾ ਦੈਟ ਇਜ਼ ਪ੍ਰੈਗਨੈਂਸੀ ਟੈਸਟ ਕਰਾਉਣਗੇ ਉਹ ਤੁਹਾਡਾ, ਕਿ ਕਿਤੇ ਕੋਈ ਪ੍ਰੋਬਲਮ ਮਤਲਬ ਇੱਦਾਂ ਦਾ ਕੋਈ, ਤੁਸੀਂ ਪ੍ਰੈਗਨੈਂਟ ਅਗਰ ਤੁਹਾਡਾ ਬਾਈ ਚਾਂਸ ਇੱਦਾਂ ਦਾ ਕੁਛ ਹੈ, ਤਾਂ ਉਹ ਕੀ ਹੈ ਤੁਹਾਨੂੰ ਮੈਡੀਕਲੀ ਥੋੜ੍ਹੇ ਦਿਨ ਦੀ ਲੀਵ ਦੇ ਦਿੰਦੇ ਆ, ਉਸ ਤੋਂ ਬਾਅਦ ਤੁਹਾਡਾ ਉਹ ਚੀਜ਼ ਹੋ ਜਾਂਦਾ, ਤੁਹਾਨੂੰ ਮੈਡੀਕਲ ਤੋਂ ਬਾਹਰ ਨਹੀਂ ਕੱਢਿਆ ਜਾਂਦਾ ਐਸ ਸੱਚ, ਬਟ ਤੁਹਾਨੂੰ ਟਾਈਮ ਦੇ ਦਿੰਦੇ ਨੇ ਉਹ। ਉਸ ਤੋਂ ਬਾਅਦ ਸੈਕਿੰਡ, ਜੋ ਮੇਨ ਬੱਚਾ ਜੋ ਕੁਐਸਚਨਸ ਵੀ ਕਰਦੇ ਨੇ, ਔਰ ਜੋ ਮੇਨ ਬੱਚਾ ਦੇ ਮਨ 'ਚ ਕੁੜੀਆਂ ਦੇ ਵਿੱਚ ਇਹ ਵੀ ਚੱਲਦਾ ਕਿ ਬਾਏ ਚਾਂਸ ਸਾਨੂੰ ਉਸ ਟਾਈਮ 'ਤੇ ਮੈਡੀਕਲ ਦੇ ਟਾਈਮ 'ਤੇ ਪੀਰੀਅਡਸ ਆਏ ਹੋਣ, ਤਾਂ ਅਸੀਂ ਕੀ ਕਰਾਂਗੇ, ਉਸ ਚੀਜ਼ ਦੇ ਵਿੱਚ ਉਹ ਜਾਣਦੇ ਨੇ। ਉਹ ਮੈਡੀਕਲ ਮਤਲਬ ਕੀ ਹੈ, ਯੂਨੀਵਰਸਲ ਪ੍ਰੋਸੀਜਰ ਹੈ ਕਿ ਹਰ ਕੁੜੀ ਨਾਲ ਹੁੰਦਾ, ਤਾਂ ਉੱਥੇ ਕੋਈ ਤੁਹਾਨੂੰ ਇਹ ਨਹੀਂ ਹੈ ਕਿ ਤੁਹਾਡਾ ਮੈਡੀਕਲ ਨਹੀਂ ਲਿੱਤਾ ਜਾਏਗਾ, ਉਹ ਕੋਪਰੇਟ ਕਰਨਗੇ ਹਰ ਚੀਜ਼। ਤੁਸੀਂ ਬਸ ਕਿ ਇੱਕ ਵਾਰੀ ਫੀਮੇਲ ਜੋ ਵੀ ਉੱਥੇ ਸਟਾਫ ਹੋ ਉਹਨੂੰ ਮੈਂਸ਼ਨ ਆਊਟ ਜ਼ਰੂਰ ਕਰਨਾ ਕਿ ਮੈਨੂੰ ਪੀਰੀਅਡਸ ਆਏ ਹੋਏ। ਫਿਰ ਉਸ ਤੋਂ ਬਾਅਦ ਤੁਹਾਨੂੰ ਪੁੱਛਿਆ ਜਾਊਗਾ ਕਿ ਤੁਹਾਡੇ ਪੀਰੀਅਡਸ ਨੋਰਮਲ ਆਉਂਦੇ ਨੇ ਹਰ ਮੰਥਲੀ, ਮਤਲਬ ਤੁਹਾਨੂੰ ਪ੍ਰੋਪਰ ਸਾਈਕਲ 'ਤੇ ਆਉਂਦਾ, ਅਗਰ 20 ਆ, ਹੁਣ ਆਪਾਂ ਨੂੰ ਪਤਾ 28 ਡੇਜ਼ ਦਾ ਸਾਈਕਲ ਹੁੰਦਾ, ਤਾਂ ਤੁਹਾਨੂੰ ਪੁੱਛਣਗੇ ਤੁਹਾਡੀ ਲਾਸਟ ਮੰਥ ਦੀਆਂ ਡੇਟਸ ਜੋ ਸੀਗੀਆਂ ਉਹ ਅਗਲੇ ਮੰਥ 'ਚ ਉਹੀ ਡੇਟਸ 'ਤੇ ਆ ਰਹੀਆਂ ਨੇ, ਤੁਹਾਡਾ ਮਤਲਬ ਮਿਸ ਤਾਂ ਨਹੀਂ ਹੋ ਰਹੀ, ਇਹ ਤਾਂ ਨਹੀਂ ਹੈ ਕਿ ਇੱਕ ਮੰਥ ਆ ਰਿਹਾ ਦੋ ਮੰਥ ਆ ਨਹੀਂ ਰਹੇ, ਇਸ ਤਰੀਕੇ ਦੀ ਕੋਈ ਦਿੱਕਤ ਤਾਂ ਨਹੀਂ। ਫਿਰ ਉਸ ਤੋਂ ਬਾਅਦ ਥਰਡਲੀ ਉਹ ਅਲਟਰਾਸਾਊਂਡ ਇੱਕ ਕਰਦੇ ਨੇ ਉੱਥੇ,
ਉਹਦੇ ਵਿੱਚ ਕਿਉਂ ਕਰਦੇ ਨੇ ਕਿ ਬਾਈ ਚਾਂਸ ਕਈ ਵਾਰ ਬੱਚਾ ਨਹੀਂ ਦੱਸਦਾ ਉੱਥੇ ਕਿ ਹਾਂ ਮੈਨੂੰ ਇਹ ਦਿੱਕਤ ਹੈ ਜਾਂ ਇਹ ਦਿੱਕਤ ਆ, ਕੁਛ ਦੱਸਦੇ ਨਹੀਂ ਹੈ, ਤਾਂ ਉੱਥੇ ਅਲਟਰਾਸਾਊਂਡ ਕਰ ਲੈਂਦੇ ਨੇ ਉਹ, ਉਹਦੇ ਨਾਲ ਕਿ ਤੁਹਾਡੀ ਇੰਟਰਨਲੀ ਕੋਈ ਵੀ ਅਗਰ ਕੋਈ ਦਿੱਕਤ ਹੋਊਗੀ ਤਾਂ ਉਹਦੇ ਵਿੱਚ ਕਲੀਅਰ ਹੋ ਜੂਗੀ। ਲਾਈਕ ਲਾਸਟ ਜਿਹੜੀਆਂ ਭਰਤੀਆਂ ਹੋਈਆਂ ਸੀ ਉਹਦੇ ਵਿੱਚ ਇੱਕ ਅਲਟਰਾਸਾਊਂਡ ਜਦੋਂ ਹੋਈ ਸੀਗੀ ਤਾਂ ਉਹਦੇ ਵਿੱਚ ਬੱਚੇ ਨੂੰ ਕੀ ਆਇਆ ਸੀਗਾ, ਅੰਦਰ ਪੇਟ ਦੇ ਅੰਦਰ ਉਹਦੇ ਗੱਠਾ ਬਣ ਗਿਆ ਸੀ, ਤਾਂ ਉੱਥੋਂ ਦੇ ਡਾਇਗਨੋਜ਼ ਹੋ ਗਿਆ ਸੀਗਾ ਕਿ ਇਹ ਬੱਚੇ ਦੇ ਅੰਦਰ ਪੇਟ ਦੇ ਅੰਦਰ ਗੱਠਾ ਨੇ। ਠੀਕ ਹੈ, ਤਾਂ ਉਹਨਾਂ ਨੇ ਉਹਨੂੰ ਮੈਡੀਕਲੀ ਟਾਈਮ ਦਿੱਤਾ ਸੀਗਾ ਕਿ ਹਾਂ ਇਹਨੂੰ ਠੀਕ ਕਰ ਲਓ, ਫਿਰ ਉਸ ਤੋਂ ਬਾਅਦ ਤੁਹਾਡਾ ਇੱਥੋਂ ਦੀ ਮੈਡੀਕਲ ਕੰਟੀਨਿਊ ਹੋ ਜਾਊਗਾ, ਇਹ ਨਹੀਂ ਉਹਨੂੰ ਬਾਹਰ ਕੱਢਤਾ ਸੀਗਾ। ਫਿਰ ਉਸ ਤੋਂ ਬਾਅਦ ਜੋ ਹੋਰ ਮਤਲਬ ਮੰਥਲੀ ਸਾਈਕਲ ਦਾ ਮੋਸਟਲੀ ਇਹ ਚੈੱਕ ਕੀਤਾ ਜਾਂਦਾ, ਮੰਥਲੀ ਵਾਲਾ ਉਹ ਸਭ ਤੋਂ ਮੈਂਸ਼ਨ ਆਊਟ ਕਰਦੇ ਨੇ ਔਰ ਸਭ ਤੋਂ ਜ਼ਿਆਦਾ ਜੋ ਮੇਨਲੀ ਉਹ ਚੈੱਕ ਕਰਦੇ ਉਹ ਇਹ ਚੀਜ਼ਾਂ ਨੇ। ਫਿਰ ਉੱਥੇ ਪਰਟੀਕੁਲਰਲੀ ਕੁਛ ਐਕਸਰਸਾਈਜ਼ ਨੇ ਉਹ ਕਰਾ ਕੇ ਦੇਖ ਲੈਂਦੇ ਕਿ ਤੁਸੀਂ ਉਹ ਕਰ ਪਾ ਰਹੇ ਹੋ, ਮੈਡੀਕਲੀ ਫਿੱਟ ਹੋ। ਬਸ ਇਹ ਚੀਜ਼ਾਂ ਉੱਥੇ ਪ੍ਰਾਈਵੇਟ ਪਾਰਟਸ ਮੇਨਲੀ ਇਹ ਚੈੱਕ ਹੁੰਦੀਆਂ ਨੇ, ਅਦਰਵਾਈਜ਼ ਉੱਥੇ ਕੋਈ ਮੈਡੀਕਲ ਐਜ ਸੱਚ ਪ੍ਰਾਈਵੇਟ ਪਾਰਟਸ ਨੂੰ ਲੈ ਕੇ ਇੰਨਾ ਘਬਰਾਉਣ ਦੀ ਲੋੜ ਨਹੀਂ ਹੈ ਕਿ ਹਾਂਜੀ ਪਤਾ ਨਹੀਂ ਕੀ ਹੋਊਗਾ ਕੀ ਨਹੀਂ, ਉੱਥੇ ਇੰਨਾ ਨਹੀਂ ਘਬਰਾਉਣਾ। ਉੱਥੇ ਜਸਟ ਨੋਰਮਲੀ ਆਹ ਚੀਜ਼ਾਂ ਚੈੱਕ ਹੋਣਗੀਆਂ ਔਰ ਕੌਨਸਟੀਪੇਸ਼ਨ ਦੀ ਕੋਈ ਦਿੱਕਤ ਹੈ ਜਾਂ ਕੁਛ ਇੱਦਾਂ ਦੀ ਚੀਜ਼ਾਂ ਚੈੱਕ ਹੋਣਗੀਆਂ, ਔਰ ਪਰਟੀਕੁਲਰਲੀ ਕੁਛ ਦੋ ਤਿੰਨ ਐਕਸਰਸਾਈਜ਼ ਆ ਉਹ ਨੋਰਮਲੀ ਆਪਾਂ ਜੋ ਗਰਾਊਂਡਸ ਦੇ ਵਿੱਚ ਕਰਦੇ ਹਾਂ। ਲਾਈਕ ਆਪਾਂ ਪਹਿਲੇ ਪੀਰੀਅਡਸ ਦੀਆਂ ਇੱਕ ਪਾਈਆਂ ਸੀਗੀਆਂ ਤਿੰਨ ਲਾਸਟ ਵੀਡੀਓਜ਼ ਦੇ ਵਿੱਚ, ਐਸ ਐਸ ਸਰ ਨੇ ਆਪਣੇ ਸਟੂਡੈਂਟਸ ਨਾਲ ਪਾਈਆਂ ਸੀਗੀਆਂ, ਉਹ ਤਿੰਨ ਐਕਸਰਸਾਈਜ਼ ਮੇਨਲੀ ਉਹ ਉੱਥੇ ਵੀ ਕਰਾ ਕੇ ਦੇਖ ਲੈਂਦੇ ਨੇ ਕਿ ਬੱਚਾ ਉਹ ਕਰ ਪਾ ਰਿਹਾ, ਕਿਉਂਕਿ ਉਹਦੇ ਵਿੱਚ ਕੀ ਆ ਹਰ ਪਾਰਟ ਪ੍ਰਾਈਵੇਟ ਪਾਰਟ ਆਪਣਾ ਜਿਹੜਾ ਹੁੰਦਾ, ਹਰ ਜਿਹੜੀ ਆਪਣੇ ਮਸਲਸ ਹੁੰਦੇ ਨੇ ਪੇਟ ਦੇ ਜਿਹੜੇ ਲੋਅਰ ਐਬਡੋਮਿਨ ਦੇ ਉਹ ਸਾਰੇ ਸਟ੍ਰੈਚ ਹੁੰਦੇ ਨੇ, ਅਗਰ ਤੁਸੀਂ ਉਹ ਕਰ ਪਾ ਰਹੇ ਹੋ ਤਾਂ ਤੁਸੀਂ ਮੈਡੀਕਲੀ ਫਿੱਟ ਹੋ ਲੋਅਰ ਐਬਡੋਮਿਨ ਦੇ, ਉਹ ਮੋਸਟਲੀ ਉਹ ਐਕਸਰਸਾਈਜ਼ ਉੱਥੇ ਕਰਾ ਕੇ ਦੇਖ ਲੈਂਦੇ ਹੁੰਦੇ। ਬਸ ਇਹ ਬਾਕੀ ਜਿਹੜੀਆਂ ਬਾਕੀਆਂ ਸੀਗੀਆਂ, ਪ੍ਰੈਗਨੈਂਸੀ ਟੈਸਟ ਹੋ ਗਿਆ, ਯੂਰਿਨ ਟੈਸਟ ਹੋ ਗਿਆ, ਬਲੱਡ ਟੈਸਟ ਹੋ ਗਿਆ, ਐਕਸਰੇ ਹੋ ਗਏ। ਐਕਸਰੇ ਵੀ ਉਹ ਕਰਾ ਲੈਂਦੇ, ਮੈਂ ਐਸ ਐਚ ਪਹਿਲੇ ਵੀ ਸਟਾਰਟਿੰਗ 'ਚ ਦੱਸਿਆ ਕਿ ਐਕਸਰੇ ਉਹ ਤਾਂ ਕਰਾਉਂਦੇ ਕਿਉਂਕਿ ਜਿਹੜੀਆਂ ਗਰਲਸ ਰਨਿੰਗ ਕਰਦੀਆਂ ਬ੍ਰੈਸਟ ਦੇ ਵਿੱਚ ਛੋਟੇ ਛੋਟੇ ਇੱਦਾਂ ਗੋਲੀਆਂ ਬਣ ਜਾਂਦੀਆਂ, ਕਿ ਉਹ ਕਿਉਂ ਹੈ ਕਿਉਂਕਿ ਆਪਾਂ ਇੱਕਦਮ ਇੰਨਾ ਭੱਜ ਰਹੇ ਹਾਂ, ਆਕਸੀਜਨ ਦਾ ਲੈਵਲ ਵੱਧਦਾ ਤਾਂ ਕਰਕੇ ਉਹ ਅੰਦਰ ਛੋਟੇ ਛੋਟੇ ਇੱਦਾਂ ਪੁਆਇੰਟਸ ਬਣ ਜਾਂਦੇ ਆ, ਨੋਟਸ ਕਹਿੰਦੇ ਆ ਉਹਨਾਂ ਨੂੰ, ਠੀਕ ਹੈ, ਅਤੇ ਉਹ ਬਣ ਜਾਂਦੇ ਆ। ਅਤੇ ਉਹ ਵਾਲੀ ਚੀਜ਼ਾਂ ਨੂੰ ਨਿਗਲੈਕਟ ਨਹੀਂ ਕਰਨਾ, ਅਗਰ ਕਿਸੇ ਦੇ ਹੋ ਰਿਹਾ ਇਹਦੇ ਉੱਤੇ ਵੀ ਅਸੀਂ ਜਲਦੀ ਵੀਡੀਓ ਦੱਸਾਂਗੇ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਕੱਢ ਸਕਦੇ ਹੋ। ਗਰਲਸ ਨੂੰ ਇਹ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ ਅਤੇ ਉਹ ਚੀਜ਼ ਦਾ ਧਿਆਨ ਰੱਖਣਾ ਕਿ ਇਹ ਚੀਜ਼ ਨਾ ਹੋਵੇ ਤੁਹਾਨੂੰ। ਬਾਕੀ ਮੇਨਲੀ ਤਾਂ ਫਸਟ ਆਫ ਆਲ ਤੁਹਾਡਾ ਇਹ ਚੈੱਕ ਕੀਤਾ ਜਾਂਦਾ ਕਿ ਹਾਂ ਤੁਸੀਂ ਸਹੀ ਸਲਾਮਤ ਹੋ, ਮਤਲਬ ਕਈ ਬੱਚੇ ਕੀ ਆ ਹੈ ਨਾ ਕੋਈ ਕੋਈ ਪੈਰ ਤੁਟਵਾ ਕੇ ਆ ਜਾਂਦੇ ਜਾਂ ਕੁਛ ਉਵੇਂ ਦਾ ਹੈ ਨਾ, ਤਾਂ ਡਾਕਟਰ ਇਹ ਵੀ ਮੇਨਲੀ ਚੈੱਕ ਕਰ ਲੈਂਦੇ ਨੇ ਫਸਟ ਆਫ ਆਲ, ਤਾਂ ਫੁੱਲੀ ਤੁਹਾਡਾ ਬਾਡੀ ਚੈੱਕਅਪ ਕਰ ਲੈਂਦਾ ਕਿ ਹਾਂ ਤੁਹਾਡਾ ਕੋਈ ਪਲਾਸਟਰ ਨਹੀਂ ਲੱਗਿਆ, ਕੁਛ ਇੰਜਰੀ ਤਾਂ ਨਹੀਂ ਕਿਸ ਤਰ੍ਹਾਂ ਦੀ, ਜਾਂ ਕੋਈ ਤੁਹਾਡੀ ਸੱਟ ਲੱਗੀ ਹੋਵੇ ਕੁਛ ਵੀ, ਤਾਂ ਉਹ ਮੈਂਸ਼ਨ ਆਊਟ ਕਰ ਲੈਂਦਾ, ਮੰਨ ਲਓ ਮੇਰੇ ਪੈਰ 'ਤੇ ਸੱਟ ਲੱਗੀ ਆ, ਠੀਕ ਆ, ਮੇਰੀ ਇਹ ਤੋਂ ਹੱਡੀ ਟੁੱਟੀ ਹੋਈ ਆ, ਜੇ ਉਹਨਾਂ ਨੇ ਐਕਸਰੇ ਕਰਵਾ ਕੇ ਦੇਖ ਲਿਆ ਹੱਡੀ ਜੁੜ ਗਈ ਆ ਪ੍ਰੋਪਰ, ਕੋਈ ਪ੍ਰੋਬਲਮ ਨਹੀਂ, ਇਹਨੂੰ ਇਨ ਫਿਊਚਰ ਦੇ ਵਿੱਚ ਮੈਂ ਡਿਊਟੀ ਸਹੀ ਕਰ ਪਾ ਰਿਹਾ ਕਰਾਂਗਾ, ਤਾਂ ਫਿਰ ਮੈਨੂੰ ਕੀ ਆ ਮੈਡੀਕਲ ਦੇ ਵਿੱਚ ਕੋਈ ਪੁਆਇੰਟ ਨਹੀਂ ਮਿਲੇਗਾ, ਮੈਨੂੰ ਪਾਸ ਕਰ ਦੇਣਗੇ। ਬਟ ਜੇ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇਹਨੂੰ ਹੈ ਨਾ ਹੱਡੀ ਜੁੜੀ ਨਹੀਂ ਆ ਪ੍ਰੋਪਰ ਜਾਂ ਕੋਈ ਪ੍ਰੋਬਲਮ ਆ ਅੱਗੇ ਡਿਊਟੀ ਕਰਨ ਦੇ ਵਿੱਚ ਪ੍ਰੋਬਲਮ ਆਏਗੀ ਇਨ ਫਿਊਚਰ ਦੇ ਵਿੱਚ, ਤਾਂ ਉਹ ਮੈਨੂੰ ਪੁਆਇੰਟ ਦੇ ਦੇਣਗੇ, ਤਾਂ ਮੈਂ ਕੀ ਆ ਮੈਨੂੰ ਮੈਡੀਕਲ ਦੇ ਵਿੱਚੋਂ ਬਾਹਰ ਕੱਢਤਾ ਜਾਵੇਗਾ। ਤਾਂ ਮੇਨਲੀ ਤੁਸੀਂ ਇਹੀ ਧਿਆਨ ਰੱਖਣਾ, ਬਾਡੀ ਨੂੰ ਬਚਾ ਕੇ ਰੱਖੋ, ਠੀਕ ਹੈ ਜੀ, ਜਿਸ ਤਰ੍ਹਾਂ ਦਾ ਕੋਈ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਤੋਂ ਜਾਂ ਕੁਛ ਵੀ ਕਿਸੇ ਤਰ੍ਹਾਂ ਦੀ ਇੰਜਰੀ ਤੋਂ ਆਪਣੀ ਬਾਡੀ ਨੂੰ ਬਚਾ ਕੇ ਰੱਖੋ, ਜਦ ਤੱਕ ਤੁਹਾਡਾ ਪੰਜਾਬ ਦਾ ਮੈਡੀਕਲ ਹੈ ਜਿਹੜਾ ਨਹੀਂ ਹੁੰਦਾ ਹੈਗਾ। ਆਪਾਂ ਸਟਾਰਟ ਕਰਦੇ ਹਾਂ, ਆਪਾਂ ਉੱਪਰ ਤੋਂ ਲੈ ਕੇ ਨੀਚੇ ਵੱਲ ਨੂੰ ਜਾਵਾਂਗੇ ਸਾਰਾ। ਪਹਿਲੇ ਸਭ ਤੋਂ ਪਹਿਲਾਂ ਆਉਂਦਾ ਆਈਜ਼। ਆਈਜ਼ ਦੇ ਵਿੱਚ ਕੀ ਹੈ, ਮਤਲਬ ਤੁਹਾਨੂੰ 6x6 ਡਿਸਟੈਂਸ 'ਤੇ ਬਿਠਾ ਦਿੰਦੇ ਆ, ਮਤਲਬ ਕੁਛ ਡਿਸਟੈਂਸ 'ਤੇ ਬਿਠਾ ਦੇਣਗੇ। ਦੋ ਵੇਜ਼ ਨੇ ਉਹਨਾਂ ਕੋਲ ਚੈੱਕ ਕਰਨ ਦੇ, ਕਈ ਵਾਰ ਉਹ ਸਨੈਨਲ ਸਟਾਰਟ ਹੁੰਦਾ ਉਹਦੇ ਥਰੂ ਚੈੱਕ ਕਰਦੇ ਨੇ, ਐਂਡ ਸੈਕਿੰਡ ਉਹ ਪੈਨ ਦੇ ਨਾਲ ਚੈੱਕ ਕਰਦੇ ਨੇ। ਸਨੈਨਲ ਸਟਾਰਟ ਦੇ ਵਿੱਚ ਕੀ ਹੁੰਦਾ, ਜਿਵੇਂ ਕਿ ਤੁਸੀਂ ਨੋਰਮਲੀ ਆਪਣੀ ਆਈਸਾਈਟ ਕਦੀ ਚੈੱਕ ਕਰਾਈ ਹੋਏਗੀ, ਉਹਦੇ ਵਿੱਚ ਕੀ ਹੈ ਕੈਪੀਟਲ ਲੈਟਰਸ ਦੇ ਵਿੱਚ ਪਹਿਲੇ ਵੱਡੇ ਕੈਪੀਟਲ ਬਲੋਕ, ਮਤਲਬ ਵੱਡੇ ਵੱਡੇ ਕੈਪੀਟਲਸ ਲਿਖਿਆ ਹੁੰਦਾ, ਫਿਰ ਨੀਚੇ 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 ਜਿਵੇਂ ਜਾਂਦੇ ਜਾਣਗੇ ਬਿਲਕੁਲ ਸਮਾਲ 'ਚ ਜਾਦੂਗਾ। ਉਹ ਚੀਜ਼ਾਂ ਦੇ ਨਾਲ ਉਹ ਸਨੈਨਲ ਸਟਾਰਟ ਹੁੰਦਾ, ਤੁਹਾਨੂੰ ਥੋੜ੍ਹਾ ਡਿਸਟੈਂਸ 'ਤੇ ਬਿਠਾ ਦੇਣਗੇ, ਆਈਜ਼ ਕਹਿਣਗੇ ਇੱਕ ਆਈਜ਼ ਨੂੰ ਕਵਰ ਕਰ ਲਓ ਔਰ ਕਹਿਣਗੇ ਕਿ ਫਸਟ ਲਾਈਨ ਰੀਡ ਆਊਟ ਕਰੋ। ਫਿਰ ਉਸ ਤੋਂ ਬਾਅਦ ਫਿਰ ਜਿਵੇਂ ਤੁਸੀਂ ਫਸਟ ਰੀਡ ਕਰ ਲਈ, ਦੈਨ ਸੈਕਿੰਡ, ਦੈਨ ਥਰਡ,
ਫਿਰ ਇੱਦਾਂ ਹੀ ਫੋਰ ਦਾ ਲੈਫਟ ਮਤ ਸਾਈਡ, ਅਗਰ ਪਹਿਲੇ ਰਾਈਟ ਸਾਈਡ ਦਾ ਚੈੱਕ ਕੀਤਾ ਫਿਰ ਲੈਫਟ ਸਾਈਡ ਦਾ ਚੈੱਕ ਕਰਨਗੇ ਇਸ ਤਰੀਕੇ ਨਾਲ। ਸੈਕਿੰਡ ਹੁੰਦਾ ਆਪਣਾ ਆਈ ਪੈਨ ਨਿਪ ਨਾਲ ਕਰਦੇ ਨੇ, ਉਹ ਕੀ ਕਰਦੇ ਨੇ ਤੁਹਾਡੇ ਥੋੜ੍ਹੇ ਡਿਸਟੈਂਸ 6x6 ਡਿਸਟੈਂਸ 'ਤੇ ਰੱਖ ਲੈਣਗੇ ਪੈਨ ਨੂੰ, ਔਰ ਉਹ ਕਹਿਣਗੇ ਇਹਦੀ ਨਿਬ ਵੱਲ ਦੇਖੋ। ਜਦੋਂ ਨਿਬ ਵੱਲ ਦੇਖੋਗੇ ਫਿਰ ਉਸ ਤੋਂ ਬਾਅਦ ਉਹ ਕਹਿਣਗੇ ਜਿੱਧਰ ਨੂੰ ਮੈਂ ਮੂਵ ਕਰ ਰਿਹਾ ਤੁਸੀਂ ਉੱਧਰ ਨੂੰ ਦੇਖਣਾ, ਨੈੱਕ ਦੀ ਮੂਵਮੈਂਟ ਨਹੀਂ ਹੋਣੀ ਚਾਹੀਦੀ। ਤੁਸੀਂ ਨੋਰਮਲੀ ਬਸ ਆਪਣਾ ਕੀ ਕਰਨਾ ਵਾ, ਆਈ ਬਾਲ ਨੂੰ ਸਿਰਫ ਆਈ ਬਾਲ ਇੱਕ ਸਾਈਡ ਜਾਊਗੀ, ਅਗਰ ਜਿੱਧਰ ਨੂੰ ਮੇਰਾ ਪੈਨ ਜਾ ਰਿਹਾ ਉਸ ਸਾਈਡ ਨੂੰ ਜਾਊਗੀ। ਹੁਣ ਆਪਾਂ ਟੈਸਟ ਕਰਕੇ ਦਿਖਾ ਰਹੇ ਹਾਂ, ਲਾਈਕ ਆ ਰੱਖਿਆ ਮੈਂ, ਆ ਸੀਗਾ ਆਈ ਟੈਸਟ, ਮਤਲਬ ਹੁਣ ਇਹ ਕੀ ਹੈ ਇਹਦੀ ਨੋਰਮਲ ਸੀਗੀ। ਕਈਆਂ ਦੀ ਕੀ ਹੁੰਦੀ ਹੈ ਜਿਵੇਂ ਦੋ ਇਹਦੀਆਂ ਆਈ ਬਾਲਸ ਇੱਕ ਸਾਈਡ ਨੂੰ ਜਾ ਰਹੀ ਹੈ, ਅਗਰ ਮੈਂ ਪੈਨ ਨੂੰ ਰਾਈਟ ਸਾਈਡ ਲੈ ਕੇ ਜਾ ਰਹੀ ਹਾਂ ਤੇ ਉਹਦੀ ਦੋਨੋਂ ਆਈ ਬਾਲਸ ਰਾਈਟ ਨੂੰ ਜਾ ਰਹੀਆਂ। ਕਈਆਂ ਦੇ ਵਿੱਚ ਕੀ ਹੁੰਦਾ ਇੱਕ ਰਾਈਟ ਨੂੰ ਚਲੀ ਜਾਂਦੀ ਇੱਕ ਲੈਫਟ ਨੂੰ, ਉੱਥੇ ਤੁਹਾਨੂੰ ਮੈਡੀਕਲ ਰਿਫੰਡ ਮਿਲ ਜਾਏਗਾ, ਤੁਹਾਨੂੰ ਬਾਹਰ ਕਰ ਦੇਣਗੇ ਆਈਸ ਦੇ ਟੈਸਟ, ਉੱਥੇ ਮੈਡੀਕਲ ਪੁਆਇੰਟ ਕੱਟਿਆ ਜਾਊਗਾ। ਉਸ ਤੋਂ ਬਾਅਦ ਆ ਗਿਆ ਤੁਹਾਡਾ ਈਅਰਸ, ਈਅਰਸ ਦੇ ਵਿੱਚ ਕਿ ਜਦੋਂ ਵੀ ਤੁਸੀਂ ਕੋਈ ਵੀ ਮੈਡੀਕਲ ਦੇਣ ਜਾਂਦੇ ਹੋ ਤਾਂ ਈਅਰਸ ਬਿਲਕੁਲ ਸਾਫ਼ ਕਰਾ ਕੇ ਜਾਣੇ ਆ। ਮਤਲਬ ਕੋਈ ਵੀ ਡਾਕਟਰ ਕੋਲ ਜਾਓ ENT ਦੇ, ਉਹਦੇ ਕੋਲ ਜਾ ਕੇ ਆਪਣੇ ਈਅਰ ਸਾਫ਼ ਕਰਾ ਕੇ, ਕੋਈ ਵੀ ਵੈਕਸੀ ਮਟੀਰੀਅਲ ਕੁਛ ਵੀ ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਸੈਕਿੰਡ ਥਿੰਗ, ਇਹਦੇ ਵਿੱਚ ਤੁਸੀਂ ਆਪਣਾ ਕੰਨ ਦਾ ਪਰਦਾ ਜਿਹੜਾ ਉਹ ਨੋਰਮਲ ਹੋਵੇ, ਕੋਈ ਛੇਦ ਵਗੈਰਾ ਜਾਂ ਕੁਛ ਇੱਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ। ਈਅਰ ਦਾ ਜਿਹੜਾ ਲੈਵਲ ਆ ਉਹ ਬਿਲਕੁਲ ਨੋਰਮਲ ਹੋਣਾ ਚਾਹੀਦਾ, ਅਪ ਡਾਊਨ ਨਹੀਂ ਹੋਣੇ ਚਾਹੀਦੇ। ਇਹ ਸੀਗਾ ਈਅਰ ਦਾ। ਤੇ ਨਾ ਘਰੇ ਡਾਕਟਰ ਨਹੀਂ ਬਣਨਾ ਹੈਗਾ, ਕਈ ਵਿੱਚ ਕੀ ਆ ਹਾਈਡਰੋ ਪਾ ਕੇ ਨਾ ਹਾਈਡਰੋਜਨ ਪਾ ਕੇ ਨਾ ਖੁਦੇ ਕਰਨ ਲੱਗ ਜਾਂਦੇ ਆ ਸਾਫ, ਇੱਦਾਂ ਨਾ ਕਰੋ, ਠੀਕ ਹੈ ਨਾ। ਬਾਹਰੋਂ ਲੈ ਲਓ 100-200 ਰੁਪਏ ਲੱਗਦਾ ਨੋਰਮਲੀ, ਆਪਣੇ ਡਾਕਟਰ ਤੋਂ ਕੰਨ ਚੈੱਕ ਕਰਾ ਲਓ, ਜਾਂ ਉਹ ਜਿਹੜੇ ਬਾਹਰ ਕੰਨ ਵਾਲੀਏ ਬੈਠੇ ਹੁੰਦੇ ਉਹਨਾਂ ਤੋਂ ਨਹੀਂ ਕਰਾਉਣਾ ਹੈਗਾ, ਠੀਕ ਹੈ ਨਾ। ਕਿਉਂਕਿ ਉਹਦੇ ਨਾਲ ਕੀ ਹੈ ਬਾਈ ਚਾਂਸ ਤੁਹਾਡਾ ਅੰਦਰ ਤੱਕ ਚਲਾ ਗਿਆ, ਮਤਲਬ ਈਅਰ ਡਰਮ ਤੱਕ ਚਲਾ ਗਿਆ, ਈਅਰ ਡਰਮ ਦੇ ਉੱਤੇ ਕੋਈ ਵੀ, ਤਾਂ ਅੰਦਰ ਕੀ ਹੈ ਕਈ ਵਾਰੀ ਛੋਟੀ ਛੋਟੀ ਫਿੰਸੀਆਂ ਹੋ ਜਾਂਦੀਆਂ, ਤਾਂ ਉੱਥੇ ਉਹ ਵੀ ਮੈਡੀਕਲ ਫੰਡ ਦੇ ਵਿੱਚ ਕੱਟਿਆ ਜਾਂਦਾ। ਬਿਲਕੁਲ, ਜ਼ਿਆਦਾ ਮਤਲਬ ਅੱਗੇ ਤੱਕ ਚਲੇ ਜਾਵੇ ਤੇ ਰੈਡਿਸ਼ ਹੋ ਜਾਂਦੀ ਹੈ ਨਾ, ਤਾਂ ਉਹ ਦੇਖ ਲੈਂਦੇ ਨੇ ਵੀ ਕਾਫੀ ਹੋ ਗਿਆ, ਤਾਂ ਫਿਰ ਉਹਦੇ ਵਿੱਚ ਮੈਡੀਕਲ ਪੁਆਇੰਟ ਦਿੰਦੇ ਨੇ। ਆਰਮੀ 'ਚ ਤਾਂ ਮੇਨਲੀ ਇਹ ਚੀਜ਼ ਹੁੰਦਾ, ਬੱਚੇ 2 ਦਿਨ ਪਹਿਲਾਂ ਚੈੱਕ ਕਰਾ ਕੇ ਜਾਂਦੇ ਆ ਤੇ ਨਾ ਰੈਡਿਸ਼ ਹੋ ਜਾਂਦੀ ਅੰਦਰ ਹੈ ਨਾ, ਤਾਂ ਫਿਰ ਉਹ ਪੁਆਇੰਟ ਦਿੰਦੇ ਨੇ ਮੈਡੀਕਲ ਦੇ ਵਿੱਚ। ਉਸ ਤੋਂ ਬਾਅਦ ਆ ਗਿਆ ਆਪਣੇ ਨੋਜ਼, ਨੋਜ਼ ਦੇ ਵਿੱਚ ਕੀ ਹੈ, ਨੋਜ਼ ਦਾ ਸਟਰਕਚਰ ਬਿਲਕੁਲ ਸਿਮਿਲਰ ਹੋਣਾ ਚਾਹੀਦਾ, ਸਾਈਡ ਨੂੰ ਡਿਵੀਏਸ਼ਨ ਨਹੀਂ ਹੋਣੀ ਚਾਹੀਦੀ, ਸਿੰਪਲ ਸਿੱਧਾ ਹੋਣਾ ਚਾਹੀਦਾ ਵੈ। ਨੋਜ਼ ਨੂੰ ਵੀ ਕਲੀਨਲੈਸ ਪ੍ਰੋਪਰ ਕਲੀਨ ਕਰਕੇ ਜਾਣਾ। ਫਿਰ ਉਸ ਤੋਂ ਬਾਅਦ ਜਿਹੜਾ ਨੋਜ਼ ਦੇ, ਕਈਆਂ ਦੀ ਜਿਹੜੀ ਪ੍ਰੋਬਲਮ ਮੇਨਲੀ ਉਹ ਜਿਹੜਾ ਮੈਡੀਕਲ 'ਚੋਂ ਬਾਹਰ ਹੁੰਦੇ ਆ ਬੱਚੇ, ਉਹਦੇ ਵਿੱਚ ਦਿੱਕਤ ਕੀ ਆਉਂਦੀ ਹੈ, ਕਈਆਂ ਦੀ ਨੱਕ ਦੀ ਹੱਡੀ ਜਿਹੜੀ ਸੁਣਿਆ ਹੋਊਗਾ, ਨੱਕ ਦੀ ਹੱਡੀ ਵੱਧ ਗਈ, ਦੈਟ ਇਜ਼ ਸਾਈਨੋਸਾਈਟਸ ਦੀ ਪ੍ਰੋਬਲਮ ਹੋ ਜਾਂਦੀ ਹੈ, ਤਾਂ ਉਹ ਕੀ ਹੈ ਕਿ ਅਗਰ ਉਹ ਵੱਧ ਗਿਆ ਤਾਂ ਬੱਚੇ ਨੂੰ ਸਾਹ ਲੈਣ 'ਚ ਦਿੱਕਤ ਆਉਂਦੀ ਹੈ, ਉੱਥੇ ਮੈਡੀਕਲ ਫੰਡ 'ਤੇ ਬਾਹਰ ਕੱਢ ਦਿੰਦੇ ਆ। ਦੈਨ ਆ ਗਿਆ ਆਪਣਾ ਮਾਊਥ, ਮਾਊਥ ਦੇ ਵਿੱਚ ਕੀ ਹੈ, ਤੁਹਾਡੇ 26-27 ਦੰਦ ਨੇ ਜਿਹੜੇ ਸਹੀ ਹੋਣੇ ਚਾਹੀਦੇ ਨੇ ਨੋਰਮਲੀ, ਠੀਕ ਹੈ। ਅਤੇ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਕੈਵਿਟੀ ਨਹੀਂ ਹੋਣੀ ਚਾਹੀਦੀ ਹੈਗੀ, ਅਤੇ ਜਿਵੇਂ ਜਾਂ ਕੀੜਾ ਲੱਗਿਆ ਹੁੰਦਾ ਜਾੜ ਦੇ ਵਿੱਚ, ਹੈ ਨਾ, ਜਸਟ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਜਾਂ ਬੱਚੇ ਕਈ ਫਿਲ ਕਰਵਾ ਲੈਂਦੇ ਨੇ, ਕੈਪ ਚੜਵਾ ਲੈਂਦੇ ਨੇ, ਉਹ ਚੀਜ਼ ਹੋਣੀ ਚਾਹੀਦੀ ਹੈਗੀ। ਮਾਊਥ 'ਚੋਂ ਕਿਸੇ ਤਰ੍ਹਾਂ ਦੀ ਸਮੈਲ ਵਗੈਰਾ, ਇਹ ਚੀਜ਼ ਦਾ ਬਿਲਕੁਲ ਧਿਆਨ ਰੱਖਣਾ। ਔਰ ਇੱਕ ਚੀਜ਼ ਬਾਰ ਬਾਰ ਜਿਵੇਂ ਲਾਈਕ ਅਸੀਂ ਕਈ ਰੀਡ ਆਊਟ ਕੀਤੇ ਕਮੈਂਟਸ ਵੀ ਲਾਸਟ ਵਾਲੀ ਵੀਡੀਓ 'ਚ, ਉਹਦੇ ਵਿੱਚ ਇਹ ਪੁੱਛਿਆ ਜਾ ਰਿਹਾ ਸੀਗਾ ਕਿ ਟੀਥ ਅਗਰ ਸਾਡੇ ਘੱਟ ਹੋਣ ਤਾਂ ਉਹ ਕੋਈ ਮੈਟਰ ਨਹੀਂ ਕਰਦਾ, ਜਿੰਨੇ ਵੀ ਟੀਥ ਹੈ ਤੁਹਾਡੇ ਮਤਲਬ ਸਹੀ ਹੋਣੇ ਚਾਹੀਦੇ ਨੇ। ਲਾਈਕ ਕਈ ਬੱਚੇ ਕੀ ਕਰਦੇ ਆ, ਕੋਈ ਲੋਕਲ ਡੈਂਟਿਸਟ ਕੋਲ ਜਾ ਕੇ ਫਿਲਿੰਗ ਕਰਾ ਦਿੰਦੇ ਨੇ, ਅਗਰ ਤੁਸੀਂ ਉਹ ਕਰਾ ਕੇ ਜਾ ਰਹੇ ਹੋ ਉੱਥੇ ਤਾਂ ਪੱਕੀ ਗੱਲ ਹੈ ਮੈਡੀਕਲ 'ਚੋਂ ਬਾਹਰ ਕੱਢ ਦਿੰਦੇ ਹੋ, ਤੁਹਾਨੂੰ ਕੋਈ ਇੱਦਾਂ ਫਿਲਿੰਗ ਨਹੀਂ ਕਰਾ ਕੇ ਜਾਣੀ ਉੱਥੇ। ਤੇ ਜਿਹੜੇ ਬੱਚਿਆਂ ਦਾ ਨਾ ਆਈਜ਼ ਦਾ ਸੀਗਾ ਕਿ ਹੈ ਨਾ, ਆਈਜ਼ ਦੇ ਵਿੱਚ ਕਈ ਬੱਚੇ ਨਾ ਲੈਂਜ ਪਾ ਕੇ ਚਲੇ ਜਾਂਦੇ ਨੇ, ਤਾਂ ਉਹ ਵੀ ਮੈਡੀਕਲ ਦੇ 'ਚ ਪੁਆਇੰਟ ਆ, ਉਹ ਨਹੀਂ ਕਰਕੇ ਜਾਣਾ ਹੈਗਾ। ਉਹ ਤੁਹਾਨੂੰ ਜੇ ਨੋਰਮਲੀ ਹੈ ਨਾ ਥੋੜ੍ਹੀ ਆਈ ਸਾਈਟ ਆ ਜੇ ਨਾ 1-2 ਇੰਚ ਘੱਟ ਹੈ, ਤਾਂ ਉਹ ਰੈਕਮੈਂਡ ਕਰ ਦਿੰਦੇ ਨੇ ਨਾ ਜਸਟ ਕਿ ਤੁਸੀਂ ਲੇਜ਼ਰ ਆਪਰੇਸ਼ਨ ਕਰਵਾ ਲਓ। ਜੇ ਜ਼ਿਆਦਾ ਹੀ ਘੱਟ ਆ ਫਿਰ ਤੁਹਾਨੂੰ ਮੈਡੀਕਲ ਵਿੱਚ ਪੁਆਇੰਟ ਦਿੱਤਾ ਜਾਂਦਾ ਕਿ ਹਾਂ ਤੁਹਾਨੂੰ ਆਊਟ ਕਰ ਦਿੱਤਾ ਜਾਂਦਾ ਮੈਡੀਕਲ ਵਿੱਚ। ਨੈਕਸਟ ਆਇਆ ਆਪਣਾ, ਅੱਗੇ ਆ ਗਿਆ ਸ਼ੋਲਡਰ, ਸ਼ੋਲਡਰ ਦਾ ਲੈਵਲ ਇਕੁਅਲ ਹੋਣਾ ਚਾਹੀਦਾ, ਉੱਪਰ ਨੀਚੇ ਨਹੀਂ ਹੋਣਾ ਚਾਹੀਦਾ, ਲਾਈਕ ਹੁਣ ਇਹ ਆਇਆ ਬਿਲਕੁਲ ਸ਼ੋਲਡਰ ਦਾ ਲੈਵਲ ਆ, ਹੁਣ ਕਹੀ ਕਿ ਉਹਨਾਂ ਨੀਚੇ ਨੂੰ ਡਿਪੈਂਡ ਕਰ।
ਕਈਆਂ ਦਾ ਇਸ ਤਰੀਕੇ ਨਾਲ ਹੁੰਦਾ ਕਿ ਇੱਕ ਉੱਪਰ ਹੈ ਇੱਕ ਨੀਚੇ ਹੈ, ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਬਿਲਕੁਲ ਨੋਰਮਲ ਲੈਵਲ 'ਤੇ ਸ਼ੋਲਡਰਸ ਇਕੁਅਲ ਹੋਣੇ ਚਾਹੀਦੇ, ਸ਼ੋਲਡਰਸ ਦਾ ਲੈਵਲ ਹੋਣਾ ਚਾਹੀਦਾ ਵੈ। ਇਹ ਹੋ ਗਿਆ ਸ਼ੋਲਡਰਸ, ਦੈਨ ਆ ਗਿਆ ਆਪਣਾ ਆਪਣੀ ਐਲਬੋ ਦਾ। ਐਲਬੋ ਦੇ ਵਿੱਚ ਕੀ ਹੈ, ਔਰ ਜਦੋਂ ਵੀ ਮੈਡੀਕਲ ਦੇਣ ਜਾਣਾ ਪਹਿਲੀ ਉੱਥੇ ਪਹਿਲੇ ਤਾਂ ਆਪਣੀ ਹਾਫ ਸਲੀਵਸ ਪਾ ਕੇ ਜਾਇਓ। ਇਫ ਅਗਰ ਉੱਥੇ ਤੁਹਾਨੂੰ ਕਹਿ ਦਿੰਦੇ, ਕਈ ਵਾਰ ਉਹ ਨਹੀਂ ਖੁਲਵਾਉਂਦੇ ਪੂਰੇ ਕੱਪੜੇ ਗਰਲਜ਼ ਦੇ ਵੀ, ਬਟ ਕਈ ਵਾਰੀ ਖੁਲਵਾ ਲੈਂਦੇ ਆ, ਤਾਂ ਉੱਥੇ ਘਬਰਾਉਣਾ ਨਹੀਂ ਹੈ। ਪਹਿਲੀ ਗੱਲ ਤਾਂ ਹਾਫ ਪਾ ਕੇ ਜਾਇਓ, ਕਈ ਵਾਰ ਉਹ ਨਹੀਂ ਖੁਲਵਾਉਣਗੇ। ਜੇ ਤੁਸੀਂ ਨਹੀਂ, ਤੁਹਾਡੀ ਫੁੱਲ ਹੋਣਗੇ, ਫਿਰ ਉਹ ਕਹਿ ਦੇਣਗੇ ਰਿਮੂਵ ਕਰ ਦਿਓ, ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਉੱਥੇ, ਠੀਕ ਹੈ। ਹੁਣ ਇਸ ਦੇ ਵਿੱਚ ਕੀ ਹੈਗਾ ਵੈ, ਪਹਿਲੇ ਹੈਂਡਸ ਨੂੰ ਟਾਈਟ ਕਰ, ਠੀਕ ਹੈ, ਔਰ ਇਸ ਤਰੀਕੇ ਨਾਲ ਹੈਂਡਸ ਟਾਈਟ, ਔਰ ਆਹ ਚੀਜ਼। ਹੁਣ ਇਹ ਬੱਚੇ ਦਾ ਕੀ ਹੈ, ਡਿਸਟੈਂਸ ਹੀ ਨਹੀਂ ਹੈਗਾ, ਮਤਲਬ ਕੀ ਹੈ, ਇਹਦੇ ਕੁਆਈਟਸ ਵੈਲਗਸ ਆ, ਮਤਲਬ ਕਿ ਇਹ ਦੋਨੋਂ ਜੁੜ ਰਿਹਾ। ਅਦਰਵਾਈਜ਼ ਕੀ ਹੁੰਦਾ ਵੈ, ਇਹਦੇ ਵਿੱਚ ਇੰਨਾ ਕੁ ਡਿਸਟੈਂਸ ਹੁੰਦਾ, ਅਗਰ ਇੱਥੋਂ ਦੀ ਇਸ ਤਰੀਕੇ ਨਾਲ ਹੈ, ਤਾਂ ਇੰਨਾ ਡਿਸਟੈਂਸ ਹੁੰਦਾ ਇੱਕ ਸਕੇਲ ਦਾ, ਬਟ ਇਹਦਾ ਡਿਸਟੈਂਸ ਨਹੀਂ ਹੈਗਾ, ਤਾਂ ਇਹ ਮੈਡੀਕਲ ਪੁਆਇੰਟ ਦੇ ਦਿੱਤਾ ਜਾਊਗਾ ਇਹਨੂੰ। ਇਸਦਾ ਵੀ ਹੁਣ ਦੇਖੋ ਹੱਥ ਟਾਈਟ ਕਰਾ ਦੇਣੇ ਆ, ਫਿਰ ਚੈੱਕ ਕਰਨਾ ਹੁਣ ਇਹਦਾ ਵੀ ਬੱਚੇ ਦਾ ਕੀ ਆ। ਦੇਖੋ ਪੁਆਇੰਟ ਹੈ, ਮਤਲਬ ਇਹਦਾ ਵੀ ਕਿਊਬਾਈਟਸ ਵੈਲਗਸ ਹੈ, ਇਹਦਾ ਵੀ ਮੈਡੀਕਲ 'ਚ ਬਾਹਰ ਕਰ। ਹੁਣ ਤੁਹਾਨੂੰ ਦਿਖਾਉਂਦੇ ਹਾਂ ਜਿਹੜਾ ਸਹੀ ਹੈ, ਸਹੀ ਬੱਚੇ ਦਾ ਕਿਵੇਂ ਹੁੰਦਾ ਨਾ ਸਟੂਡੈਂਟ ਦਾ ਆਪਣਾ। ਇਹਦੇ ਕਿ ਹੱਥ ਟਾਈਟ ਕਰਾਤੇ ਆਪਾਂ, ਬਿਲਕੁਲ ਟਾਈਟ ਕਰ ਲਿਆ ਪਹਿਲਾਂ। ਹਾਂ, ਹੁਣ ਦੇਖੋ ਇਹਦਾ ਡਿਸਟੈਂਸ ਹੈ ਪ੍ਰੋਪਰ। ਓਕੇ, ਠੀਕ ਹੈ, ਇਹ ਬਿਲਕੁਲ ਸਹੀ ਹੈ, ਕੁੜੀ ਫਿੱਟ ਹੈ, ਕਿਉਂਕਿ ਵਾਈਟਸ ਵੈਲਗਸ ਇਹਨੂੰ ਨਹੀਂ ਹੈਗਾ। ਓਕੇ, ਚੈੱਕ ਕਰਦੇ ਆ ਇੱਥੋਂ ਦੀ, ਇੱਕ ਥੱਲੇ ਕਰ ਲਾ, ਠੀਕ ਹੈ, ਇੱਥੋਂ ਦੀ ਚੈੱਕ ਕਰਦੇ ਕਿ ਆ ਬੱਚੇ ਦਾ ਇੱਥੋਂ ਦੀ ਉੱਪਰ ਥੱਲੇ ਤਾਂ ਨਹੀਂ ਜਾ ਰਿਹਾ, ਸਿਮਿਟਰੀ ਹੈ ਤਾਂ ਉੱਪਰ ਥੱਲੇ ਤਾਂ ਨਹੀਂ ਜਾ ਰਿਹਾ। ਹੁਣ ਦੇਖੋ ਇਹਦਾ ਕੀ ਹੈ ਸਾਈਡ ਤੋਂ, ਕਿਉਂਕਿ ਇਹਦਾ ਵੈਲਗਸ ਸੀਗਾ, ਤਾਂ ਓਬਵੀਅਸਲੀ ਗੱਲ ਹੈ ਇਹਦਾ ਉੱਪਰ ਨੂੰ ਜਾ ਰਿਹਾ ਪੁਆਇੰਟ, ਤਾਂ ਇੱਥੋਂ ਇਹਨੂੰ ਮੈਡੀਕਲ ਪੁਆਇੰਟ ਫਿਰ ਦੇ ਦਿੱਤਾ ਜਾਊਗਾ। ਮਤਲਬ ਦੋ ਪੁਆਇੰਟ ਦਿੱਤੇ ਜਾਣਗੇ ਤੁਹਾਨੂੰ ਮੈਡੀਕਲ ਦੇ ਵਿੱਚ, ਠੀਕ ਹੈ। ਤੋੜ ਲਾ ਉਂਗਲਾ, ਹੁਣ ਆਪਾਂ ਚੈੱਕ ਕਰਨਾ ਕਿ ਇਹਦਾ ਹੁਣ ਦੇਵੇ ਕੋਈ ਉੱਤੇ ਨੀਚੇ ਤਾਂ ਨਹੀਂ ਜਾ ਰਹੀਆਂ ਫਿੰਗਰਸ। ਹੁਣ ਕਈਆਂ ਦੇ ਕੀ ਹੁੰਦਾ, ਉਹ ਇਸ ਤਰੀਕੇ ਨਾਲ ਹੁੰਦੀਆਂ ਨੇ, ਮਤਲਬ ਆਹ ਦੋ ਚੀਜ਼ਾਂ, ਮਤਲਬ ਇੱਕ ਇੱਦਾਂ ਥੱਲੇ ਇੱਦਾਂ ਹੁੰਦਾ, ਕਿਸਦਾ ਇਸ ਤਰੀਕੇ ਨਾਲ ਹੁੰਦਾ, ਤਾਂ ਇਹ ਸਾਰੀ ਡਿਫਾਰਮਿਟੀ 'ਚ ਕਾਊਂਟ ਹੋ ਜਾਂਦਾ, ਅਤੇ ਇਹ ਚੀਜ਼ ਉੱਥੇ ਨਹੀਂ, ਮਤਲਬ ਮੈਡੀਕਲ 'ਚੋਂ ਬਾਹਰ ਕੱਢ ਦਿੰਦੇ ਆ। ਨੋਰਮਲ ਹੋਣਾ ਚਾਹੀਦਾ ਵੈ, ਕਿ ਕੋਈ ਵੀ ਚੀਜ਼ ਇੱਦਾਂ ਦੀ ਨਹੀਂ, ਨੋਰਮਲ ਫਿੰਗਰਸ ਉੱਪਰ ਵੱਲ ਨੂੰ ਜਾਂ ਨੀਚੇ ਵੱਲ ਨੂੰ ਇਸ ਤਰੀਕੇ ਨਾਲ ਨਹੀਂ ਹੋਣੀ ਚਾਹੀਦੀ, ਨੋਰਮਲ ਹੀ ਹੋਣਾ ਚਾਹੀਦਾ, ਨਿਊਟਰਲ। ਫਿਰ ਉਸ ਤੋਂ ਬਾਅਦ ਆ ਗਿਆ ਆਪਣਾ ਨੌਕ ਨੀਜ਼, ਨੌਕ ਨੀਜ਼ ਦੇ ਵਿੱਚ ਮਤਲਬ ਚੈੱਕ ਕਰਦੇ ਨੀਜ਼ ਦੇ ਵਿੱਚ, ਨੌਕਨੀ ਵੀ ਚੈੱਕ ਕਰਨਗੇ, ਨੌਕਨੀ ਜਾਂ ਬੋਲ ਐਕਸ ਤਾਂ ਨਹੀਂ ਹੈਗੀ। ਇਹਦੇ ਵਿੱਚ ਕਿਵੇਂ ਚੈੱਕ ਕਰਨਗੇ ਉਹਨਾਂ ਨੇ, ਪਹਿਲੀ ਗੱਲ ਤਾਂ ਕੈਂਡੀਡੇਟ ਦੇ ਉੱਤੇ ਹੁੰਦਾ, ਕੈਂਡੀਡੇਟ ਨੇ ਪੈਰ ਜੋੜ ਕੇ ਖੜਨਾ, ਉਹਨਾਂ ਨੇ ਨਹੀਂ ਕਹਿਣਾ ਤੁਹਾਨੂੰ, ਤੁਸੀਂ ਉਹ ਤੁਹਾਡਾ ਪੁਆਇੰਟ ਕੱਢ ਦੇਣਗੇ, ਸਿੱਧੀ ਜੀ ਗੱਲ। ਤਾਂ ਤੁਸੀਂ ਕੀ ਹੈ, ਪੈਰ ਜੋੜ ਕੇ ਖੜਨਾ, ਪੈਰ ਜੋੜ ਕੇ ਫਿਰ ਆਪਾਂ ਚੈੱਕ ਕਰਨਾ ਹੁਣ ਇਹ ਬੱਚੇ ਦਾ ਕੀ ਹੈ, ਇੱਕ ਸਕੇਲ ਵੀ ਪਾਸ ਹੋ ਰਿਹਾ, ਠੀਕ ਹੈ, ਆਰਾਮ ਨਾਲ ਆ, ਇਹਦਾ ਕੋਈ ਵੀ ਮੈਡੀਕਲ ਪੁਆਇੰਟ ਇਹਦਾ ਕਲੀਅਰ ਹੈ, ਮਤਲਬ ਇਹਨੂੰ ਨੌਕਨੀ ਦੀ ਪ੍ਰੋਬਲਮ ਨਹੀਂ ਹੈਗੀ। ਦੂਸਰੀ ਗੱਲ, ਉਹ ਇੱਕ ਚੀਜ਼ ਹੋਰ ਚੈੱਕ ਕਰਦੇ ਨੇ ਕਿ ਅਗਰ ਥੋੜ੍ਹਾ ਜਿਹਾ ਪੈਰ ਖੋਲ ਉੱਠਾ, ਤਾਂ ਆਹ ਚੀਜ਼ ਇੱਦਾਂ ਬਾਹਰ ਨੂੰ ਵੀ ਨਹੀਂ ਜ਼ਿਆਦਾ ਹੋਣੀ ਚਾਹੀਦੀ, ਥੋੜ੍ਹੇ ਘੁੱਟ ਬਾਹਰ ਨੂੰ ਕੱਢ ਲਾ। ਹਾਂ, ਅਗਰ ਇਹ ਚੀਜ਼ ਵੀ ਬਾਹਰ ਨੂੰ ਚਲੀ ਗਈ, ਤਾਂ ਬੋਲ ਐਗਸ ਦੇ ਵਿੱਚ ਨਾਮ ਪਾ ਦੇਣਗੇ, ਤਾਂ ਇਹ ਚੀਜ਼ ਦਾ ਧਿਆਨ ਰੱਖਣਾ। ਅਗਰ ਤੁਹਾਡੀ ਨੌਕਨੀਜ਼ ਹੈ ਤਾਂ ਵੀ ਤੁਸੀਂ ਆਊਟ ਹੋ ਜਾਓਗੇ, ਬੋਲ ਐਗਸ ਹੈ ਤਾਂ ਵੀ ਤੁਸੀਂ ਆਊਟ ਹੋ ਜਾਓਗੇ। ਇਹਦੇ ਵਿੱਚ ਵੀ ਕੀ ਆਪਾਂ ਪੈਰ ਜੋੜ ਲੈਣੇ, ਹੁਣ ਇਹ ਬੱਚੇ ਦਾ ਨੌਕਨੀ ਹੈ, ਪੁਆਇੰਟ ਹੈ, ਨੌਕਨੀ ਪੁਆਇੰਟ ਹੈ। ਦੂਸਰਾ ਥੋੜ੍ਹਾ ਜਿਹਾ ਓਪਨ ਕਰ, ਔਰ ਆ ਦੇਖੋ ਹੁਣ ਇਹਦਾ ਕੀ ਹੈ, ਖੁੱਲ ਨਹੀਂ ਰਹੇ, ਬੋਲ ਐਗਸ ਨਹੀਂ ਹੈਗੀ, ਤਾਂ ਇਹ ਕੀ ਹੈ, ਨੌਕਨੀ ਦੀ ਪ੍ਰੋਬਲਮ ਹੈ, ਨੌਕਨੀ ਦੀ ਇਹਦੀ ਪ੍ਰੋਬਲਮ ਹੈ ਬੱਚੇ ਦੀ। ਹੁਣ ਅੱਗੇ ਕੀ ਆ ਗਿਆ ਆਪਣਾ, ਫਲੈਟ ਫੁੱਟ ਚੈੱਕ ਕਰਨਾ ਆਪਾਂ, ਇਹਦੇ ਵਿੱਚ ਲੈ ਜਾਓ ਅਤੇ ਸੋਫਟ ਰਿਮੂਵ ਕਰ ਦਿਓ। ਚਲ ਆਪਾਂ ਚੈੱਕ ਕਰਨਾ ਫਲੈਟ ਫੁੱਟ ਦਾ, ਹੁਣ ਇਹ ਦੇਖੋ ਇਹਦੇ ਬੱਚੇ ਦੇ ਕੀ ਹੈ, ਇਹ ਆਰਕ ਪ੍ਰੋਪਰ ਬਣ ਰਹੀ ਹੈ, ਠੀਕ ਹੈ,
ਇਸ ਸਾਈਡ ਵੀ ਬਣਦੀ ਹੈ, ਤਾਂ ਇਹ ਕੀ ਹੈ ਇੱਥੋਂ ਦੀ ਇਹ ਬੱਚਾ ਮੈਡੀਕਲੀ ਕਲੀਅਰਡ ਹੈ, ਮਤਲਬ ਕਿ ਇਹਦਾ ਫਲੈਟ ਫੁੱਟ ਨਹੀਂ ਹੈਗਾ। ਅਗਰ ਉਹਨਾਂ ਨੂੰ ਬਾਏ ਚਾਂਸ ਹੀ ਆਰਕ ਨਾ ਪਤਾ ਲੱਗ ਰਹੇ ਹੋਵੇ, ਉਹ ਕੀ ਕਰਨਗੇ, ਮਿੱਟੀ ਉਹਨਾਂ ਕੋਲ ਖੋਦੀ ਹੁੰਦੀ, ਜਿਵੇਂ ਆਪਾਂ ਲੌਂਗ ਜੰਪ ਲਗਾਉਂਦੇ ਨਾ ਉੱਦਾਂ ਦੀ ਮਿੱਟੀ ਹੁੰਦੀ ਹੈ, ਉਹਦੇ ਉੱਤੇ ਤੁਹਾਨੂੰ ਤੁਰਾ ਕੇ ਦੇਖਣਗੇ ਉਹ। ਜੇ ਤੁਹਾਡਾ ਪੂਰਾ ਪੈਰ ਛੱਪ ਰਿਹਾ ਉਸ ਮਿੱਟੀ 'ਤੇ, ਇਟ ਮੀਨਸ ਤੁਹਾਡਾ ਫਲੈਟ ਫੁੱਟ ਹੈ, ਤੁਹਾਨੂੰ ਮੈਡੀਕਲ 'ਚੋਂ ਬਾਹਰ। ਅਗਰ ਥੋੜ੍ਹਾ ਜਿਹਾ ਸਾਈਡ ਤੋਂ ਕੱਟ ਕੇ ਆ ਰਿਹਾ, ਇਟ ਮੀਨਸ ਫਲੈਟ ਫੁੱਟ ਨਹੀਂ ਹੈਗਾ, ਤੁਸੀਂ ਮੈਡੀਕਲੀ ਕਲੀਅਰਡ ਹੋ। ਤਾਂ ਇਹ ਚੀਜ਼ ਦਾ ਧਿਆਨ ਰੱਖਣਾ। ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿਵੇਂ ਚੈੱਕ ਕਰਨਾ ਅਸੀਂ ਫਲੈਟ ਫੁੱਟ ਹੈ ਨਾ, ਅਸੀਂ ਪ੍ਰੋਪਰ ਇਸ ਬਾਰੇ ਦੋਨੋਂ ਸਾਈਡ ਤੋਂ ਵੀਡੀਓ ਪਾਵਾਂਗੇ, ਇੱਕ ਜ਼ਮੀਨ ਵਾਲੀ ਪ੍ਰੋਪਰ ਮਿੱਟੀ 'ਤੇ ਕਿਵੇਂ ਕਰਦੇ ਨੇ, ਅਤੇ ਇੱਕ ਪਾਣੀ ਦੇ ਉੱਤੇ ਕਿਵੇਂ ਕਰਦੇ ਨੇ, ਉਹ ਪਾਣੀ ਥੋੜ੍ਹਾ ਪੈਰ ਭਿਓ ਕੇ ਕਿਵੇਂ ਚੈੱਕ ਕਰਦੇ ਨੇ ਫਲੈਟ ਫੁੱਟ ਦਾ, ਉਸ ਦੇ ਰਿਲੇਟਡ ਵੀਡੀਓ ਪਾ ਲਾਂਗੇ ਨੈਕਸਟ ਵੀਡੀਓ ਦੇ ਵਿੱਚ ਸਰ ਜੀ। ਦੋਸਤੋ ਇਹ ਸੀ ਸਾਡੀ ਕੁਝ ਜਾਣਕਾਰੀ ਗਰਲਸ ਦੇ ਮੈਡੀਕਲ ਪੁਆਇੰਟ ਦੇ ਬਾਰੇ, ਸੇਮ ਤੁਹਾਨੂੰ ਦੱਸਿਆ ਬੋਇਜ਼ ਦਾ ਵੀ ਦੱਸ ਦਿੱਤਾ ਹੈ। ਅਤੇ ਜੇ ਕਿਸੇ ਵੀ ਕੈਂਡੀਡੇਟ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ, ਚਾਹੇ ਉਹ ਆਈਜ਼ ਦੇ ਵਿੱਚ ਹੋਵੇ, ਠੀਕ ਹੈ, ਚਾਹੇ ਈਅਰ ਦੇ ਵਿੱਚ ਪ੍ਰੋਬਲਮ ਆਈ ਹੋਵੇ, ਦੰਦਾਂ ਦੇ ਵਿੱਚੋਂ, ਨੱਕ ਦੇ ਵਿੱਚੋਂ, ਸਾਈਡਸ ਹੱਥਾਂ ਦੇ ਵਿੱਚੋਂ, ਹੈ ਨਾ, ਤੁਹਾਨੂੰ ਸੇਮ ਆਹ ਵਾਲੀ ਐਕਸਰਸਾਈਜ਼ ਦੱਸਾਂਗੇ ਕਿ ਕਿਵੇਂ ਤੁਸੀਂ ਆਪਣਾ ਜਿਹੜਾ ਜੋ ਤੁਹਾਡੀ ਐਲਬੋ ਨੇ ਉਹਨਾਂ ਨੂੰ ਸਹੀ ਕਰ ਸਕਦੇ ਹੋ, ਨੌਕ ਨਹੀਂ ਹੈ ਤੁਸੀਂ ਕਿਵੇਂ ਸਹੀ ਕਰ ਸਕਦੇ ਹੋ। ਜਲਦੀ ਹੀ ਨੈਕਸਟ ਵੀਡੀਓ ਇਸ ਦੇ ਉੱਤੇ ਆ ਰਹੀਆਂ। ਜੇ ਤੁਹਾਡਾ ਕਿਸੇ ਤਰ੍ਹਾਂ ਦਾ ਹੋਰ ਕੋਈ ਕੁਐਸਚਨ ਹੈ, ਕਿਸੇ ਤਰ੍ਹਾਂ ਦੀ ਕੁਆਰੀ ਹੈ ਕੋਈ ਹੋਰ, ਤਾਂ ਮੈਨੂੰ ਨੀਚੇ ਮੇਰਾ ਨੰਬਰ ਮੈਂਸ਼ਨ ਆਊਟ ਹੋ ਰਿਹਾ, ਤੁਸੀਂ ਮੈਨੂੰ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ, ਜਾਂ ਮੈਨੂੰ ਨੀਚੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਕਮੈਂਟਸ ਪਾ ਦਿਓ ਕਿ ਕਿਸ ਰਿਲੇਟਡ ਕੋਈ ਵੀਡੀਓ ਚਾਹੁੰਦੇ ਹੋ, ਜਾਂ ਕਿਸ ਬੱਚੇ ਨੂੰ ਕਿਸ ਰਿਲੇਟਡ ਕੋਈ ਪ੍ਰੋਬਲਮ ਆ ਰਹੀ ਹੈ, ਤਾਂ ਅਸੀਂ ਕਮੈਂਟ ਸਾਰੇ ਰੀਡ ਆਊਟ ਕਰਕੇ ਨੈਕਸਟ ਵੀਡੀਓ ਦੇ ਵਿੱਚ ਉਹ ਕਵਰ ਅਪ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਦੋਸਤੋ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਤੁਹਾਡੀ ਇੱਕ ਸ਼ੇਅਰ ਕੀਤੀ ਵੀਡੀਓ ਬਹੁਤ ਸਾਰੇ ਬੱਚਿਆਂ ਦੇ ਜਿਹੜੀ ਕੰਮ ਆ ਸਕਦੀ ਹੈ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਜੈ ਹਿੰਦ।